ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਖਰੀਆਂ ਖਰੀਆਂ ਦੋਸਤੋ ਅੰਮ੍ਰਿਤਸਰ ਸਾਹਿਬ ਤੋਂ ਖਬਰ ਲੈਂਦੇ ਹਾਂ ਜਿੱਥੇ ਕਿ ਪੁਲਿਸ ਨੂੰ ਮਿਲੀ ਬਹੁਤ ਵੱਡੀ ਕਾਮਯਾਬੀ ਦਰਅਸਲ ਉਹਨਾਂ ਨੇ 3 ਮੈਂਬਰਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਹ ਕੀ ਕਰਦੇ ਸਨ ਕਿ ਜਾਲੀ ਦਸਤਾਵੇਜ਼ ਬਣਾ ਕੇ ਲੋਕਾਂ ਦੀ ਜ਼ਮੀਨ ਗਹਿਣੇ ਰੱਖ ਕੇ ਉਹਨਾਂ ਦੇ ਕੋਲੋਂ ਲੋਨ ਕਰਵਾਉਂਦੇ ਸੀ ਔਰ ਇਸ ਦੀ ਗੱਲ ਦੀ ਜਿਹੜੀ ਭਿਣਕ ਸੀ ਹੌਲੀ ਹੌਲੀ ਪੁਲਿਸ ਤੱਕ ਪਹੁੰਚ ਗਈ ਦਰਅਸਲ ਨਵੀਂ ਜ਼ਮੀਨ ਨੂੰ ਗਹਿਣੇ ਰੱਖ ਕੇ 40 ਲੱਖ ਰੁਪਏ ਦਾ ਇਹਨਾਂ ਨੇ ਲੋਨ ਲੈਣਾ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਦਬੋਚ ਲਿਆ ਦਰਅਸਲ ਇਹ ਜਦੋਂ ਇਹਨਾਂ ਦੀ ਤਲਾਸ਼ੀ ਲਈ ਗਈ ਇਹਨਾਂ ਕੋਲ ਜਾਲੀ ਆਧਾਰ ਕਾਰਡ ਔਰ ਇੱਕ ਕੰਪਿਊਟਰ ਜਿਹੜਾ ਕਿ ਸਕੈਨਿੰਗ ਕਰਦਾ ਸੀ ਉਹ ਵੀ ਬਰਾਮਦ ਕੀਤਾ ਗਿਆ ਦਰਅਸਲ 3 ਮੈਂਬਰਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਲੇਕਿਨ ਇਸ ਸਾਰੇ ਮੁੱਦੇ 'ਤੇ ਬੋਲਦਿਆਂ ਹੋਇਆਂ ਪੁਲਿਸ ਆਫਿਸਰ ਨੇ ਕੀ ਕਿਹਾ ਸੁਣੋ ਤੁਸੀਂ ਇੱਕ ਸੁਖਸਿਮਰਤਪਾਲ ਸਿੰਘ ਪਾਰਟੀ ਹੈ ਜੀ ਵਿਛੋਏ ਦੀ ਉਹ ਬੇਸਿਕਲੀ ਅੰਮ੍ਰਿਤਸਰ ਅਮੈਰੀਕਾ ਰਹਿੰਦੇ ਨੇ ਉਹਨਾਂ ਦੀ ਜ਼ਮੀਨ ਇੱਥੇ 27 ਏਕੜ ਦੇ ਕਰੀਬ ਇਹਨਾਂ ਉਹਨਾਂ ਦੀ ਜ਼ਮੀਨ ਦੇ ਸੰਬੰਧ 'ਚ ਜਾਲੀ ਫਰਦਾਂ ਅਤੇ ਹੋਰ ਕਾਗਜ਼ ਪੱਤਰ ਤਿਆਰ ਕੀਤੇ ਆ ਅਤੇ ਜਿਹੜਾ ਇਹ ਅਮਨਦੀਪ ਸਿੰਘ ਹੈ ਇਸਨੇ ਆਪਦਾ ਜਾਲੀ ਆਧਾਰ ਕਾਰਡ ਤਿਆਰ ਕੀਤਾ ਸੁਖਸਿਮਰਤਪਾਲ ਸਿੰਘ ਨਾਂ ਦੇ ਉੱਤੇ ਔਰਤ ਨੇ ਆਪਣਾ ਮਨਜੀਤ ਕੌਰ ਦੇ ਨਾਂ 'ਤੇ ਤਿਆਰ ਕੀਤਾ ਉਹ ਸਾਰੇ ਜਾਲੀ ਤਿਆਰ ਕੀਤੇ ਦਸਤਾਵੇਜ਼ ਇਹਨਾਂ ਨੇ ਐਕਸਿਸ ਬੈਂਕ ਫਤਿਹਗੜ੍ਹ ਚੂੜੀਆਂ ਦੇ ਵਿੱਚ ਲਾਏ ਸੀਗੇ ਉਹਨਾਂ ਦੇ ਆਧਾਰ 'ਤੇ ਇਹਨਾਂ ਅਪਲਾਈ ਕੀਤਾ ਸੀਗਾ ਵੀ ਅਸੀਂ ਜਿਹੜਾ ਉੱਥੇ ਜ਼ਮੀਨ ਦੇ ਉੱਪਰ ਬੈਂਕ ਲੋਨ ਲੈਣਾ ਸਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਇਹਨਾਂ ਕੋਲ ਅਸੀਂ ਇਹਨਾਂ ਦੇ ਆਧਾਰ ਕਾਰਡ ਵਗੈਰਾ ਅਤੇ ਉਹ ਬਰਾਮਦ ਕਰ ਲਿਆ ਜਿਸ ਆਧਾਰ 'ਤੇ ਮੁਕੱਦਮਾ ਦਰਜ ਕਰ ਦਿੱਤਾ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜੱਜ ਸਾਹਿਬ ਨੇ ਇਹਨਾਂ ਦਾ 6-3 ਤੱਕ ਰਿਮਾਂਡ ਦੇ ਦਿੱਤਾ ਨੈਕਸਟ ਜਿਹੜੀ ਫਰਦਰ ਇਨਵੈਸਟੀਗੇਸ਼ਨ ਕਰਕੇ ਜਿਹੜੇ ਫੈਕਟਸ ਆਉਣਗੇ ਉਹ ਤੋਂ ਮੁਤਾਬਕ ਕਾਰਵਾਈ ਕਰਦੇ ਹਾਂ ਔਰ ਦੋਸਤੋ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹ ਕਾਗਜ਼ ਤਿਆਰ ਕਰਦੇ ਸੀ ਤਾਂ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਭਿਣਕ ਨਹੀਂ ਸੀ ਲੱਗ ਰਹੀ ਕਿ ਇਹ ਲੋਕ ਕਿਸ ਚੀਜ਼ ਵਾਸਤੇ ਜਿਹੜਾ ਜਾਲੀ ਦਸਤਾਵੇਜ਼ ਤਿਆਰ ਕਰਦੇ ਸਨ ਲੇਕਿਨ ਇਹਨਾਂ ਦੇ ਵਿੱਚੋਂ ਇੱਕ ਮੈਂਬਰ ਹੈ ਜਿਸ 'ਤੇ ਔਲਰੇਡੀ ਪਹਿਲਾਂ ਕੇਸ ਚੱਲ ਰਿਹਾ ਹੈ ਪੁਲਿਸ ਨੂੰ ਉਹ ਮੈਂਬਰ ਲੋੜੀਂਦਾ ਵੀ ਸੀ ਲੇਕਿਨ ਆਖਰ ਕਦੋਂ ਤੱਕ ਪੁਲਿਸ ਦੀ ਨਜ਼ਰ ਤੋਂ ਬਚਣਾ ਬਹੁਤ ਹੀ ਮੁਸ਼ਕਲ ਹੈ ਹੁਣ ਹੋਏਗਾ ਜੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਪ੍ਰੋਗਰਾਮ ਦੇ ਅੰਤ ਵਿੱਚ ਦੋਸਤੋ ਕਮੈਂਟ ਕਰਿਆ ਕਰੋ ਕਮੈਂਟ ਚੰਗੀ ਭਾਸ਼ਾ 'ਚ ਕਰਿਆ ਕਰੋ ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ ਉਸ ਦੀ ਪੁਖਤਾ ਜਾਣਕਾਰੀ ਹੈ ਤਾਂ ਪਲੀਜ਼ ਤੁਸੀਂ ਮੇਲ ਕਰੋ ਸਾਡੀ ਮੇਲ ਆਈ ਡੀ ਹੈ khariankhariyan@gmail.com ਜੇ ਤੁਸੀਂ ਫੋਨ 'ਤੇ ਸੰਪਰਕ ਕਰਨਾ ਚਾਹੁੰਦੇ ਹੋ 6288-3739 'ਤੇ ਕਰ ਸਕਦੇ ਹੋ ਏਵਨ ਪੰਜਾਬੀ ਤਾਂ ਏਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ If you like this video, please subscribe the channel, like and share this video.